ਅਕਾਲ ਜੀ, ਮੈਂ ਪੂਨਮ TAT4 ਨਿਊਜ਼ ਚੈਨਲ ਤੋਂ। ਅੱਜ ਅਸੀਂ ਆਏ ਹਾਂ ਗਊਸ਼ਾਲਾ ਵਿੱਚ, ਜੋ ਕਿ ਸਰਕਾਰੀ ਗਊਸ਼ਾਲਾ ਹੈ। ਅਸੀਂ ਦੇਖਦੇ ਹਾਂ ਕਿ ਇੱਥੇ ਗਊਆਂ ਨੂੰ ਕਿੰਨੀਆਂ ਕੁ ਸਹੂਲਤਾਂ ਦਿੱਤੀਆਂ ਜਾਂਦੀਆਂ ਅਤੇ ਗਊਆਂ ਦੀ ਇੱਥੇ ਕੀ ਕੰਡੀਸ਼ਨ ਹੈ। ਸ੍ਰੀ ਰਾਧਾ ਕ੍ਰਿਸ਼ਨ ਗਊ ਸੇਵਾ ਸਮਿਤੀ। ਇਹ ਗੌਰਮੈਂਟ ਹੈ ਕਿ ਪ੍ਰਾਈਵੇਟ ਹੈ ਸਰ? ਇਹ ਗੌਰਮੈਂਟ ਦੀ ਸਾਰੀ ਗਊਸ਼ਾਲਾ ਜੀ, ਪ੍ਰਾਈਵੇਟ ਸੰਸਥਾ ਨੇ ਅਡੋਪਟ ਕੀਤੀ ਹੋਈ ਹੈ। ਅੱਛਾ ਜੀ। ਅਤੇ ਸਰ, ਜਿਹੜਾ ਇਹ ਆਪਣਾ ਗਊਆਂ ਦਾ ਖਰਚਾ ਹੁੰਦਾ, ਚਾਰੇ ਦਾ ਖਰਚਾ ਹੁੰਦਾ, ਇਹ ਕੌਣ ਕਰਦਾ? ਸਾਨੂੰ ਕਾਰਪੋਰੇਸ਼ਨ ਵੱਲੋਂ ਪੰਜਾਬ ਦੇ ਪਰਪਸ ਤੋਂ ਮਿਲਦਾ ਜੀ, ਅਤੇ 2 ਲੱਖ ਰੁਪਏ ਮਰਕਰ ਮੇਨਟੇਨੈਂਸ ਦੇ ਜਾਂਦੇ ਹੁੰਦੇ। ਇੰਨੇ ਨਾਲ ਸਰ ਜਾਂਦਾ ਆ? ਨਾ ਜੀ, ਇੰਨੇ ਨਾਲ ਤਾਂ ਹੁੰਦਾ ਨਹੀਂ ਜੀ ਜੀ। ਇਹ ਬਾਕੀ ਫਿਰ ਆਪਣੀ ਸੰਸਥਾ ਕਰਦੀ ਹੈ ਜੀ। ਹਾਂਜੀ, ਉਹਦਾ ਸਾਰਾ ਕੰਮ ਸਾਂਭ ਸੰਭਾਲ ਇੱਥੇ ਕਿ ਸਵੇਰੇ ਚਾਰਾ ਲੈਣ ਉਹ ਆਪ ਜਾਂਦੇ ਮੰਡੀ ਜੀ। ਜਿਹੜਾ ਸਭ ਤੋਂ ਵਧੀਆ ਚਾਰਾ ਹੋਵੇ ਉਹੀ ਆਪ ਲੈ ਕੇ ਆਉਂਦੇ, ਸਾਡੇ ਪ੍ਰਧਾਨ ਜੀ ਆਪ ਜਾਂਦੀ ਹੈ ਜੀ। ਸਵੇਰੇ 5 ਵਜੇ ਜਾ ਕੇ 3 ਸਾਲ ਤੋਂ ਉਹੀ ਕਰਨੇ ਸੇਵਾ ਜੀ, ਅਤੇ ਪੂਰੀ ਮੰਡਲ ਆਪਣੇ ਵੱਲੋਂ ਜਿੰਨਾ ਕੁ ਹੋ ਸਕੇ ਜੀ ਪੂਰੇ ਆਪਣਾ ਕਰ ਰਹੀ ਹੈ। ਜੇ ਕੋਈ ਪਸ਼ੂ ਲਗਾ ਲਓ ਇੰਜਰਡ ਹੋ ਜਾਂਦਾ, ਕੋਈ ਜ਼ਖਮੀ ਹੋ ਜਾਂਦਾ, ਤਾਂ ਉਸਦੇ ਲਈ ਇੱਥੇ ਕੀ ਸਹੂਲਤ ਹੈ ਜੀ? ਉਹਦੇ ਲਈ ਸਾਡੇ ਕੋਲ ਹਰੇਕ ਤਰ੍ਹਾਂ ਦਾ ਸਹੂਲਤ ਮੌਜੂਦ ਹੈ ਜੀ। ਉਰੇ ਅਸੀਂ ਜਿੰਨੇ ਵਾਰੀ ਸਾਡੇ ਕੋਲ ਸਰਕਾਰੀ ਡਾਕਟਰ ਤੋਂ ਲੈ ਕੇ ਪ੍ਰਾਈਵੇਟ ਡਾਕਟਰ ਅਸੀਂ ਉਰੇ ਅਪਰੂਵ ਕਰਦੇ ਹਾਂ ਜੀ। ਇੱਕ ਚੀਜ਼ ਬੁਲਾ ਕੇ ਅਸੀਂ ਹਰੇਕ ਦੂਜੇ ਦਿਨ ਸਾਡੇ ਉਰਾ ਗੇੜਾ ਲਾ ਕੇ ਜਾਂਦਾ ਹਰੇਕ ਡਾਕਟਰ ਜੀ, ਉਰੇ ਕੋਈ ਬਿਮਾਰੀਆਂ ਦਾ ਕੋਈ ਚਾਂਸ ਨਹੀਂ ਹੈ ਜੀ। ਸਰ, ਕਿੰਨੇ ਟੋਟਲ ਗਊਆਂ ਨੇ ਇੱਥੇ ਸਾਡੇ ਕੋਲ? ਟੋਟਲ ਗਊਆਂ ਦਾ ਟੋਟਲ ਗਊਤਨ 300 ਹੈ। 300 ਜੇ ਮਤਲਬ ਵੱਧ ਹੋ ਵੱਧ ਲਈ ਹੈ ਜਗ੍ਹਾ ਇੱਥੇ ਕੋਈ ਜੀ? ਹਾਲੇ ਤਾਂ ਕੋਈ ਨਹੀਂ, ਹਾਲੇ ਉਹਦੀ ਤਿਆਰੀ ਕਰ ਰਹੇ ਹਾਂ ਅਸੀਂ। ਅੱਛਾ ਜੀ ਜੀ। ਅਤੇ ਸਰ, ਜਿਹੜੇ ਚਲੋ ਗਊਆਂ ਦਾ ਤਾਂ ਹੋ, ਜਿਹੜੇ ਸਾਨ ਨੇ ਜਿਹਨਾਂ ਕਰਕੇ ਇੰਨਾ ਜ਼ਿਆਦਾ ਮਤਲਬ ਲਗਾ ਲਓ ਰੋਜ਼ ਨਵੇਂ ਹਾਦਸੇ ਹੁੰਦੇ ਨੇ, ਐਕਸੀਡੈਂਟ ਹੁੰਦੇ ਨੇ, ਉਹਨਾਂ ਲਈ ਕੋਈ ਅਰੇਂਜ ਨਹੀਂ ਗੌਰਮੈਂਟ ਵੱਲੋਂ? ਸਾਡੇ ਕੋਲ ਜਿੰਨੀ ਥਾਂ ਹੈ ਅਸੀਂ ਤਾਂ ਉਸੇ ਹਿਸਾਬ ਨਾਲ 50% ਜ਼ਿਆਦਾ ਹੀ ਰੱਖੇ ਹੋਈ ਹੈ ਜੀ। ਮਗਰ ਗੌਰਮੈਂਟ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਹੈ। ਸਾਡੀ ਇੱਕ ਗਊਸ਼ਾਲਾ ਗਾਜ਼ੀਪੁਰ ਖੁੱਲ੍ਹੀ ਹੋਈ ਹੈ ਸਮਾਨੇ ਲਵੇ ਜੀ, ਉੱਥੇ 1500 ਤੱਕ ਹਲੇ ਟੋਟਲ ਗਊਤਨ ਗਏ ਹੋਏ ਹੈ ਜੀ, ਜਿਸ 'ਚ 1000 ਸਿਰਫ ਨੰਦੀ ਗਏ ਹੈ ਜੀ। ਮਗਰ ਪਿੰਡ ਵਾਲੇ ਬੰਦੇ ਉਰੇ ਲਿਆ ਕੇ ਸ਼ਹਿਰ 'ਚ ਛੱਡਦੇ ਨੇ, ਤਾਂ ਕਰਕੇ ਇਹਨਾਂ ਦਾ ਕੋਈ ਇਲਾਜ ਹੋ ਨਹੀਂ ਰਿਹਾ। ਨਹੀਂ, ਸਰਕਾਰਾਂ ਨੂੰ ਤਾਂ ਫਿਰ ਚਾਹੀਦਾ ਆ ਵੀ ਪਿੰਡਾਂ ਵਾਲਿਆਂ ਨੂੰ ਰੋਕਿਆ ਜਾਵੇ ਕਿਉਂਕਿ ਮਗਰ ਇਹ ਇੱਕ ਥਾਂ 'ਤੇ ਹੋ ਸਕਦਾ, 2 ਥਾਂ 'ਤੇ ਹੋ ਸਕਦਾ, ਮਗਰ ਮੈਡਮ ਇਹ 100 ਪਿੰਡ ਵਾਲੇ ਜੇ ਇਕੱਠੀ ਆ ਕੇ ਕਰਨ ਫਿਰ ਇਹ ਬਹੁਤ ਮੁਸ਼ਕਿਲ ਹੈ, ਇੰਪੋਸੀਬਲ ਦਾ ਕੰਮ ਹੈ। ਹਾਂਜੀ ਸਰ, ਜਿਹੜੀ ਤੁਹਾਡੀ ਸੰਸਥਾ ਹੈ ਇਹ ਇਕੱਲੀ ਗਊਆਂ ਲਈ ਕਰਦੇ ਕਿ ਹੋਰ ਵੀ ਕੰਮ ਕਰਦੇ? ਨਾ ਜੀ ਨਾ, ਇਹ ਸਾਡੇ ਸੋਸ਼ਲ ਵਰਕ ਵੀ ਬਹੁਤ ਕਰਦੀ ਹੈ। ਕਿਸ ਤਰ੍ਹਾਂ ਦੇ? ਜਿਵੇਂ ਕਿ ਸਾਡੇ 300 ਗਰੀਬ ਔਰਤ ਪਰਿਵਾਰ, ਜਿਹੜੇ ਵਿਧਵਾ ਔਰਤਾਂ ਹੁੰਦੀਆਂ ਨੇ, ਉਹਨਾਂ ਦਾ ਸਾਰਾ ਮਹੀਨੇ ਦਾ ਰਾਸ਼ਨ ਪਰਚੇਸ ਕਰਦੀ ਹੈ। 500 ਬੱਚੇ ਜਿਹੜਾ ਹੁੰਦੇ ਆ ਉਹਨਾਂ ਦੀ ਪੜ੍ਹਾਈ ਦਾ ਸਾਰਾ ਖਰਚਾ ਸਾਡੇ ਸੰਸਥਾ ਕਰਦੀ ਹੈ ਜੀ। ਬਲਾਈਂਡ ਸਕੂਲ ਹੈ ਸੁੱਲਰ 'ਚ, ਉਹਨਾਂ ਦਾ ਖਰਚ ਸਾਡੇ ਸੰਸਥਾ
ਕਰਦੀ ਹੈ। ਜਿਵੇਂ ਕੱਲ੍ਹ ਦਾ ਹੀ ਦਿਨ ਲਾ ਲਓ, ਕੱਲ੍ਹ ਦਾ ਦਿਨ ਹੁਣ ਬਲੱਡ ਦਾ ਉਹ ਕਰ ਰਹੇ ਹਾਂ ਜੀ, ਬਲੱਡ ਡੋਨੇਸ਼ਨ ਕੈਂਪ, ਬਲੱਡ ਡੋਨੇਸ਼ਨ ਕੈਂਪ ਲਾ ਰਹੇ ਹਾਂ ਅਮਰ ਆਸ਼ਰਮ 'ਚ। ਇਹ ਸਾਡੀ ਸੰਸਥਾ ਕਰ ਰਹੀ ਹੈ। ਕੀ ਨਾਮ ਹੈ ਤੁਹਾਡੇ ਓਨਰ ਦਾ? ਸਾਡੇ ਸੁਰਿੰਦਰ ਜਿੰਦਲ ਜੀ ਹੈ। ਸੁਰਿੰਦਰ ਜਿੰਦਲ, ਹਾਂਜੀ, ਪ੍ਰੈਜ਼ੀਡੈਂਟ। ਪ੍ਰੈਜ਼ੀਡੈਂਟ। ਸੰਸਥਾ ਦਾ ਨਾਮ ਸ੍ਰੀ ਰਾਧਾ ਕ੍ਰਿਸ਼ਨ ਗੋਪ ਸੇਵਾ ਸੰਸਥਾ।